ਜਦੋਂ ਤੁਸੀਂ ਇਹੋ ਜਿਹੇ ਲੋਕਾਂ ਨੂੰ ਕੌਮ ਦੇ ਸ਼ਹੀਦ ਮੰਨਦੇ ਹੋ ਦੇਸ਼ ਦੇ ਸ਼ਹੀਦ ਮੰਨਦੇ ਹੋ ਤਾਂ ਫਿਰ ਕੌਮ ਉਹਨਾਂ ਨੂੰ ਵੀ ਸ਼ਹੀਦ ਮੰਦੀ ਹੈ ਜਿਨ੍ਹਾਂ ਨੂੰ ਇਹਨਾਂ ਨੇ ਸੋਧਿਆ ਪਹਿਲੀ ਗੱਲ ਤਾਂ ਇਹ ਹੈ ਕਿ ਰੂਤ ਸਿੰਘ ਨੇ ਜਦੋਂ ਇਹ ਗਲਤੀ ਕੀਤੀ ਹੈ ਸਾਰੇ ਪੰਥ ਨੇ ਉਹਦਾ ਨੋਟਿਸ ਲਿਆ ਬੜਾ ਵਿਰੋਧ ਹੋਇਆ ਉਹਦੇ ਖਿਲਾਫ ਇਹਦਾ ਮਤਲਬ ਸਪੱਸ਼ਟ ਹੈ ਕਿ ਪ੍ਰੋਫੈਸਰ ਮਾਹੌਂਦ ਸਿੰਘ ਜਿਹੜੀ ਗੱਲ ਦਾ ਜ਼ਿਕਰ ਕਰਦੇ ਨੇ ਕਿ ਪੰਜਾਬ ਜੀਉਂਦਾ ਗੁਰਾਂ ਦੇ ਨਾਂ ਉੱਤੇ ਉਹ ਗੁਰੂਆਂ ਦੀ ਫਿਲਾਸਫੀ ਤੋਂ ਮਨਕਰ ਹੋ ਗਿਆ ਪੰਜਾਬੀ ਹੈ ਤਾਂ ਵਿਰੋਧੀ ਬੰਦੇ ਰਾਜ ਸਭਾ ਚ ਭੇਜੇ ਤੇ ਕਿਸੇ ਨੇ ਨੋਟਿਸ ਲੈਣ ਦਾ ਯਤਨ ਨਹੀਂ ਕੀਤਾ ਜਦੋਂ ਰਾਗਵ ਚੰਡਾ ਪੰਜਾਬ ਤੋਂ ਬਾਹਰ ਦਾ ਚੇਅਰਮੈਨ ਲਾ ਦਿੱਤਾ ਉਦੋਂ ਕਿਸੇ ਨੇ ਵਿਰੋਧ ਨਹੀਂ ਕੀਤਾ ਜਦੋਂ ਉਹਦਾ ਪੀਐਲ ਆਇਆ ਉਦੋਂ ਕਿਸੇ ਨੇ ਵਿਰੋਧ ਨਹੀਂ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਪਣਾ ਬਣਦਾ ਰੋਲ ਅਦਾ ਕਰੇ ਕਿਉਂਕਿ ਉਹ ਪੰਥ ਦਾ ਜਥੇਦਾਰ ਹੈ ਪੰਥ ਦੀ ਸੰਸਥਾ ਸ਼੍ਰੋਮਣੀ ਕਾਲੀ ਦਲ ਉਹਦੇ ਸਾਹਮਣੇ ਦੀ ਮੌਤ ਹੋ ਰਹੀ ਹੈ ਮਰ ਰਹੀ ਹੈ ਤੇ ਉਹ ਚੁੱਪ ਕਰਕੇ ਦੇਖਦਾ ਹੈ ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ ਸੰਗਰੂਰ ਲੋਕ ਸਭਾ ਸੀਟ ਤੋਂ ਹਾਲ ਹੀ ਦੇ ਵਿੱਚ ਜਿੱਤ ਹਾਸਲ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਦੁਬਾਰਾ ਸੁਰਖੀਆਂ ਦੇ ਵਿੱਚ ਨੇ ਆਪਣੀ ਇੱਕ ਸਟੇਟਮੈਂਟ ਨੂੰ ਲੈ ਕੇ ਜਿਹੜਾ ਹੈਗਾ ਲਗਾਤਾਰ ਉਹਨਾਂ ਤੇ ਅਟੈਕ ਹੈ ਜਿਹੜੇ ਹੋ ਰਹੇ ਨੇ ਖਾਸ ਤੌਰ ਤੇ ਪੰਜਾਬ ਸਰਕਾਰ ਚ ਜਿੰਨੇ ਵੀ ਲੀਡਰਸ ਨੇ ਮੇਨ ਆਮ ਆਦਮੀ ਪਾਰਟੀ ਦੇ ਉਹ ਸਿਮਰਨਜੀਤ ਸਿੰਘ ਮਾਨ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਭਗਤ ਸਿੰਘ ਦੇ ਉੱਤੇ ਉਹਨਾਂ ਦੀ ਸਟੇਟਮੈਂਟ ਇੱਕ ਇਸ ਬਾਰੇ ਗੱਲਬਾਤ ਕਰਾਂਗੇ ਤੇ ਇਤਿਹਾਸ ਬਾਰੇ ਵੀ ਹੋਰ ਵੀ ਗੱਲਾਂ ਕਰਾਂਗੇ ਐਸਜੀਪੀਸੀ ਦੀਆਂ ਅਕਾਲੀ ਦਲ ਦੀਆਂ ਸਾਡੇ ਨਾਲ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਜੀ ਮੌਜੂਦ ਨੇ ਪੰਜੋਲੀ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਜੀ ਬਾਬੂ ਸ਼ਾਹੀ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਬੂ ਸ਼ਾਹੀ .com ਦੇ ਰਾਹੀਂ ਮੈਨੂੰ ਮੌਕਾ ਮਿਲਿਆ ਆਪਣੀ ਗੱਲ ਸੰਗਤਾਂ ਤੱਕ ਪਹੁੰਚਾਉਣ ਦਾ ਦੂਜੇ ਲੋਕਾਂ ਤੱਕ ਪਹੁੰਚਾਉਣ ਦਾ ਇਸ ਲਈ ਤੁਹਾਡਾ ਬਹੁਤ ਧੰਨਵਾਦ ਜਿਤਧਰ ਸਾਹਿਬ ਜਿਹੜਾ ਬਿਆਨ ਆਇਆ ਸਿਮਰਨਜੀਤ ਸਿੰਘ ਮਾਨ ਦਾ ਦੁਬਾਰੇ ਸੁਰਖੀਆਂ ਦੇ ਵਿੱਚ ਨੇ ਬੜਾ ਵਿਰੋਧ ਵੀ ਹੋ ਰਿਹਾ ਹੈ ਕਈ ਉਹਦੀ ਸਪੋਰਟ ਵੀ ਕਰ ਰਹੇ ਨੇ ਜਿਹੜਾ ਭਗਤ ਸਿੰਘ ਨੂੰ ਟੈਰਰਿਸਟ ਕਹਿਣਾ ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਦੇਖੋ ਅਸਲ ਵਿੱਚ ਇਹ ਬਿਆਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਹੁਤ ਦਿਰ ਪਹਿਲਾਂ ਦਿੱਤਾ ਸੀ ਉਹ ਬਿਆਨ ਇਸ ਸदर्भ ਵਿੱਚ ਦਿੱਤਾ ਸੀ ਕਿ ਬਹੁਤ ਸਾਰੀਆਂ ਪੰਥ ਵਿਰੋਧੀ ਸ਼ਤਾਕਤਾ ਜਿਹੜੀਆਂ ਸਨ ਭਾਵੇਂ ਉਹ ਭਾਜਪਾ ਐ ਭਾਵੇਂ ਉਹ ਕਾਂਗਰਸ ਐ ਭਾਵੇਂ ਕਾਮਰੇਡ ਸਨ ਉਹ ਸੰਤ ਜਰਨੈਲਸ ਨੂੰ ਅਤਵਾਦੀ ਕਹਿੰਦੀਆਂ ਉਹ ਭਾਈ ਹਰਜਿੰਦਰ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਸਤਬੰਦ ਸਿੰਘ ਬਿਆਨ ਸਿੰਘ ਕੇਰ ਸਿੰਘ ਤੇ ਜਗਤਾਰ ਸਿੰਘ ਆਦਿ ਵਰਗੇ ਸਾਰੇ ਲੋਕਾਂ ਨੂੰ ਉਹ ਅਤਵਾਦੀ ਕਹਿ ਕੇ ਉਹਨਾਂ ਨੂੰ ਸਬੋਧਨ ਕਰਦੀਆਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਤਰਕ ਇਹ ਸੀ ਕਿ ਯਾਰ ਜੇ ਤੁਸੀਂ ਇਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਦਰਬਾਰ ਸੱਭਟਾਇਆ ਅਕਾਲ ਤਖਤ ਆਇਆ ਹਰਮੰਦਰ ਸਾਹਿਬ 'ਚ ਕੀਰਤਨ ਕਰਦੇ ਰਾਗੀਆਂ ਨੂੰ ਗੋਲੀਆਂ ਮਾਰੀਆਂ ਜੇ ਉਹਨਾਂ ਲੋਕਾਂ ਤੋਂ ਬਦਲਾ ਲੈਣ ਵਾਲੇ ਹਥਿਆਰਬੰਦ ਮੂਵਮੈਂਟ ਚਲਾ ਕੇ ਉਹਨਾਂ ਨੂੰ ਸੋਧਦੇ ਨੇ ਤੇ ਉਹਨਾਂ ਨੂੰ ਤੁਸੀਂ ਹੱਤਬਾਦੀ ਕਹਿੰਦੇ ਹੋ ਤੇ ਜੇ ਜਰਨਲਿਸਟ ਡਾਇਰ ਨੂੰ ਮਾਰਨ ਲਈ ਭਗਤ ਸਿੰਘ ਜਾਂਦਾ ਉਹ ਉਹ ਮਿਲਦਾ ਨਹੀਂ ਸਾਂਡਰਸ ਨੂੰ ਮਾਰ ਦਿੰਦਾ ਤੇ ਸਾਂਡਰਸ ਨੂੰ ਮਾਰਨ ਵਾਲੇ ਨੂੰ ਤੁਸੀਂ ਮਤਲਬ ਦੇਸ਼ ਦਾ ਸ਼ਹੀਦ ਕਹਿੰਦੇ ਹੋ ਜੇ ਹਥਿਆਰਬੰਦ ਭਗਤ ਸਿੰਘ ਮੂਵਮੈਂਟ ਚਲਾਵੇ ਫਿਰ ਉਹ ਸ਼ਹੀਦ ਹੈ ਜੇ ਉਹ ਹੀ ਹਥਿਆਰਬੰਦ ਮੂਵਮੈਂਟ ਜਿੰਦਾ ਤੇ ਸੁੱਖਾ ਚਲਾਉਂਦੇ ਨੇ ਸਤਵੰਤ ਸਿੰਘ ਬਿਆਨ ਸਿੰਘ ਕੇਰ ਸਿੰਘ ਕਰਦੇ ਨੇ ਜਾਂ ਦਕਤਾਰ ਸਿੰਘ ਵਾਰਾ ਕਰਦਾ ਜਾਂ ਸੰਤ ਜਨੈਲ ਸਿੰਘ ਕਰਦਾ ਫਿਰ ਤੁਸੀਂ ਉਹਨਾਂ ਨੂੰ ਅਤਵਾਦੀ ਕਹਿੰਦੇ ਹੋ ਇਹ ਦੋਹਰਾ ਮਾਪਦੰਡ ਹੈ ਜਿਹੜਾ ਤੁਸੀਂ ਅਪਣਾਉਣ ਦਾ ਯਤਨ ਕਰਦੇ ਹੋ ਇੱਕ ਦੇਸ਼ ਲਈ ਸ਼ਹੀਦ ਹੋਇਆ ਇੱਕ ਕੌਮ ਲਈ ਸ਼ਹੀਦ ਹੋਇਆ ਤੇ ਕੌਮ ਦੇ ਸ਼ਹੀਦ ਕੌਮ ਲਈ ਸ਼ਹੀਦ ਨੇ ਦੇਸ਼ ਦੇ ਸ਼ਹੀਦ ਦੇਸ਼ ਲਈ ਸ਼ਹੀਦ ਨੇ ਤੇ ਇਹ ਸੰਦਰਭ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀ ਤੇ ਉਹਨਾਂ ਨੇ ਇਸ ਦੇ ਗਲਤ ਅਰਥ ਕੱਢ ਕੇ ਇਹਨੂੰ ਹੋਰ ਪਾਸੇ ਨੂੰ ਲੈ ਕੇ ਜਾਣ ਦਾ ਯਤਨ ਕੀਤਾ ਜਿਹੜਾ ਹੁਣ ਦੁਬਾਰੇ ਬਿਆਨ ਦਿੱਤਾ ਹੈ ਜਿਹੜਾ ਤਾਜ਼ਾ ਬਿਆਨ ਹੈ ਉਹ ਵੀ ਤੋਂ ਵੀ ਉਹ ਵੀ ਉਸੇ ਬੇਸਿਸ ਤੇ ਦੇ ਰਿਹਾ ਤੁਹਾਨੂੰ ਬਿਲਕੁਲ ਕਈ ਵਾਰ ਮਤਲਬ ਮੈਂ ਸਮਝਦਾ ਬਈ ਜਦੋਂ ਲੋਕ ਸਵਾਲ ਕਰਦੇ ਨੇ ਮੀਡੀਆ ਸਵਾਲ ਕਰਦਾ ਜਾਂ ਦੂਜੀ ਤਰ ਕੋਈ ਕੁਐਸਚਨ ਅਰੇਂਜ ਕਰ ਦਿੰਦਾ ਯਤਨ ਕਰਦੀ ਹੈ ਹਰ ਰੋਜ਼ ਇਹ ਕਾਂਗਰਸੀ ਕਹਿੰਦੇ ਨੇ ਬਈ ਜੀ ਇਹ ਮਤਲਬ ਜਦੋਂ ਹੁਣ ਆਪਣਾ ਇੱਕ ਸਿੱਧੂ ਮਸੇਵਾਲਾ ਨੇ ਇੱਕ ਗੀਤ ਗਾਇਆ ਉਸ ਗੀਤ ਦੇ ਵਿੱਚ ਬਲਵਿੰਦਰ ਸਿੰਘ ਜਟਾਣੇ ਦਾ ਜ਼ਿਕਰ ਆਇਆ ਜਟਾਣੇ ਨੇ ਪਰ ਮਤਲਬ ਪਾਣੀ ਰੋਕਣ ਲਈ ਕੁਰਬਾਨੀ ਕੀਤੀ ਹਥਿਆਰਵੰਦ ਮੂਮਟ ਅਰੰਭ ਕੀਤੀ ਜਦੋਂ ਸਰਕਾਰ ਨੇ ਡੈਮੋਕਰੈਟਿਕ ਸਿਸਟਮ ਨੂੰ ਤਬਾਹ ਕਰਤਾ ਲੋਕਾਂ ਦੀ ਅਪੀਲ ਦਲੀਲ ਤੇ ਬਕਾਲਤ ਦੀ ਗੱਲ ਨਾ ਸੁਣੀ ਤਾਂ ਲੋਕਾਂ ਨੇ ਹਥਿਆਰ ਚੁੱਕਲੇ ਹਥਿਆਰਾਂ ਵਿੱਚ ਕਈ ਲੋਕ ਮਤਲਬ ਮਾਰੇ ਗਏ ਤੇ ਜਿਨ੍ਹਾਂ ਨੇ ਮਾਰੇ ਉਹਨਾਂ ਉਹ ਆਪਣੇ ਆਪ ਉਹਨਾਂ ਨੂੰ ਕੁਰਬਾਨੀ ਦੇਣੀ ਪਈ ਉਹਨਾਂ ਦਾ ਉਹਦਾ ਸਾਰਾ ਪਰਿਵਾਰ ਸ਼ਹੀਦ ਕਰਤਾ ਅੱਗ ਲਾ ਕੇ ਸਾੜਤਾ ਪੂਲੇ ਨੇ ਤੇ ਮਤਲਬ ਸੁਮੇਤ ਸੈਣੀ ਨੇ ਤੇ ਅਖੀਰ ਉਹ ਆ ਵੀ ਸ਼ਹੀਦ ਹੋ ਗਿਆ ਸਿੱਧੂ ਮੁਸੇ ਵਾਲੇ ਦੇ ਗਾਣੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਨੇ ਖਾਸ ਕਰਕੇ ਆਪਣਾ ਅਰਵਨੀਤ ਬਿੱਟੂ ਉਹ ਜਟਾਣੇ ਨੂੰ ਅਤਵਾਦੀ ਦੱਸਦਾ ਤੇ ਜਿਨ੍ਹਾਂ ਲੋਕਾਂ ਨੇ ਬਿਆਨ ਸਿੰਘ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਤੇ ਰਜੀਵ ਗਾਂਧੀ ਨੇ ਦਿੱਲੀ ਕਤਲੇਆਮ ਕੀਤਾ ਅਰ ਇੰਦਰਾ ਗਾਂਧੀ ਨੇ ਮਤਲਬ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਰਨਲ ਬੈਦਿਆਨਾ ਕੀਤਾ ਇਹ ਸਿੱਖਾਂ ਦੇ ਕਤਲ ਨੇ ਜਦੋਂ ਤੁਸੀਂ ਇਹੋ ਜਿਹੇ ਲੋਕਾਂ ਨੂੰ ਕੌਮ ਦੇ ਸ਼ਹੀਦ ਮੰਨਦੇ ਹੋ ਦੇਸ਼ ਦੇ ਸ਼ਹੀਦ ਮੰਨਦੇ ਹੋ ਤਾਂ ਫਿਰ ਕੌਮ ਉਹਨਾਂ ਨੂੰ ਵੀ ਸ਼ਹੀਦ ਮੰਦੀ ਹੈ ਜਿਨ੍ਹਾਂ ਨੂੰ ਇਹਨਾਂ ਨੇ ਸੋਧਿਆ ਜਟਾਣਾ ਸਾਡੇ ਲਈ ਸ਼ਹੀਦ ਹੈ ਜਗਤਾਰ ਸਿੰਘ ਵਾਰਾ ਸਾਡੇ ਲਈ ਸ਼ਹੀਦ ਹੈ ਸੰਤ ਸਨੈਲਸੂ ਸਾਡੇ ਲਈ ਮਹਾਨ ਸ਼ਹੀਦ ਨੇ ਸਤਬੰਦ ਸਿੰਘ ਬਿਆਨ ਸਿੰਘ ਕੇਰ ਸਿੰਘ ਸਾਡੇ ਲਈ ਸ਼ਹੀਦ ਨੇ ਅੱਜ ਜਦੋਂ ਜਟਾਣੇ ਦੀ ਗੱਲ ਆਈ ਫਿਰ ਇਹਨਾਂ ਨੇ ਅਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ ਮਾਨ ਸਾਹਿਬ ਨੇ ਫਿਰ ਕਹਿ ਦਿੱਤਾ ਬੀਜੇ ਹ ਕੈਰਬੰਦ ਮੂਵਮੈਂਟ ਭਗਤ ਸਿੰਘ ਆਰੰਭ ਕਰਦਾ ਫਿਰ ਉਹ ਸ਼ਹੀਦ ਹੈ ਜੇ ਸਾਡੀ ਕੌਮ ਲਈ ਕਰਨ ਵਾਲੇ ਨੇ ਫਿਰ ਉਹਨਾਂ ਨੂੰ ਤੁਸੀਂ ਹੱਤਬਾਦੀ ਕਹਿੰਦੇ ਹੋ ਆ ਸੰਦਰਭ ਆ ਦਲੀਲਾ ਬਸ ਜਤਿਹਦਾਰ ਸਾਹਿਬ ਇੱਕ ਉਹਨਾਂ ਦੇ ਨਾਨਾ ਜੀ ਰੂਤ ਸਿੰਘ ਦਾ ਵੀ ਹੁਣ ਜ਼ਿਕਰ ਹੋ ਰਿਹਾ ਉਹ ਕਹਿੰਦੇ ਨੇ ਵੀ ਜੋ ਉਹਨਾਂ ਨੇ ਕੀਤਾ ਜੋ ਉਹਦੇ ਜਿਹੜਾ ਸਰੂਪਾ ਪਾਇਆ ਸੀਗਾ ਤੇ ਕਿਤੇ ਨਾ ਕਿਤੇ ਉਸ ਪਾਪ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਿਮਰਨਜੀਤ ਮਾਨ ਵੱਲੋਂ ਉਹਦੇ ਉਹ ਵੀ ਇਤਿਹਾਸ ਦੱਸ ਦਿਓ ਜਿਹੜਾ ਰੂਤ ਸਿੰਘ ਦੇ ਨਾਲ ਜਿਹੜੀ ਗੱਲਬਾਤ ਜੁੜੀ ਹੈ ਜੀ ਉਹ ਗੱਲ ਇਹ ਆ ਵੀ ਸਿਮਰਂਦੀਪ ਸਿੰਘ ਮਾਨ ਨੇ ਕਦੇ ਇਹਨੂੰ ਪਾਪ ਨੂੰ ਛਪਾਉਣ ਦਾ ਯਤਨ ਨਹੀਂ ਕੀਤਾ ਉਹਦੀ ਦਲੇਰੀ ਸੀ ਸਿਮਰਂਦੀਪ ਸਿੰਘ ਮਾਨ ਦੀ ਪਹਿਲੀ ਗੱਲ ਤਾਂ ਇਹ ਆ ਕਿ ਰੂਤ ਸਿੰਘ ਨੇ ਜਦੋਂ ਇਹ ਗਲਤੀ ਕੀਤੀ ਹੈ ਸਾਰੇ ਪੰਥ ਨੇ ਉਹਦਾ ਨੋਟਿਸ ਲਿਆ ਬੜਾ ਵਿਰੋਧ ਹੋਇਆ ਉਹਦੇ ਖਿਲਾਫ ਤੇ ਉਹਨੇ ਪੂਰੇ ਪੰਥ ਤੋਂ ਮਾਫੀ ਮੰਗੀ ਫਿਰ ਉਸ ਤੋਂ ਬਾਅਦ ਉਹਨੂੰ ਇਹ ਕਿਹਾ ਗਿਆ ਕਿ ਆਹ ਮੂਰਤੀਆਂ ਜਿੰਨੀਆਂ ਦਰਬਾਰ ਸਾਹਿਬ ਦੇ ਅੰਦਰ ਨੇ ਇਹ ਕਢਾਓ ਸਾਰੀਆਂ ਮੂਰਤੀਆਂ ਵੀ ਉਰੂਟ ਸਿੰਘ ਨੇ ਕਢਾਈਆਂ ਸੀ ਨੰਬਰ ਤੀਜੀ ਗੱਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਾਊਸ ਦੇ ਅੰਦਰ ਖੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਜਲਾਸਾ ਉਹ ਪੂਰੇ ਪੰਥ ਦੀ ਚੁਣੀ ਹੋਈ ਸੰਸਥਾ ਪੂਰੇ ਪੰਥ ਦੇ ਜਜ਼ਬਾਤਾਂ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਹੈ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੀ ਤਰਜਮਾਨੀ ਕਰਦੀ ਹੈ ਪੰਥਕ ਜਥੇਬੰਦੀ ਹੈ ਉਹਦੇ ਅਗਲਾਸ ਵਿੱਚ ਖੜ ਕੇ ਸਾਰ ਸਿਮਰਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਜਿਹੜੀ ਗਲਤੀ ਮੇਰੇ ਨਾਨੇ ਨੇ ਰੂੜ ਸਿੰਘ ਨੂੰ ਸਰੋਪਉ ਦੇਖ ਕੇ ਕੀਤੀ ਹੈ ਮੈਂ ਉਹਦੀ ਪੂਰੇ ਪੰਥ ਤੋਂ ਖਿਮਾ ਮੰਗਦਾ ਅੱਜ ਤੱਕ ਕਿਸੇ ਬੰਦੇ ਨੇ ਇੰਨੀ ਦਲੇਰੀ ਨਹੀਂ ਕੀਤੀ ਜਿੰਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਹੈ ਜਦੋਂ ਉਹ ਉਹਨੂੰ ਉਹਨੂੰ ਵੀ ਮਤਲਬ ਉਹਨੇ ਵੀ ਮਾਫੀ ਮੰਗ ਲਈ ਸੀ ਤੇ ਮੈਂ ਉਹਦੇ ਮਤਲਬ ਦੋਤੇ ਨੇ ਵੀ ਮਾਫੀ ਮੰਗ ਲਈ ਫਿਰ ਇਹ ਈਸ਼ੂ ਨੂੰ ਬੜੋ ਵਧੀ ਖੜਾ ਕਰਨ ਦਾ ਮੈਂ ਸਮਝਦਾ ਬਿਲਕੁਲ ਗਲਤ ਗੱਲ ਹੈ ਇਹ ਆਪਣੀਆਂ ਨਕਾਮੀਆਂ ਨੂੰ ਛਪਾਉਣ ਵਾਲੇ ਲੋਕ ਜਿਹੜੇ ਨੇ ਇਸ ਕਿਸਮ ਦੀਆਂ ਗੱਲਾਂ ਖੜੀਆਂ ਕਰਨ ਦਾ ਯਤਨ ਕਰਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਜੀ ਬਹੁਤ ਘੇਰ ਰਹੇ ਨੇ ਸਿਮਰਨਜੀਤ ਸਿੰਘ ਮਾਨ ਦੀ ਇਸ ਬਿਆਨ ਦੀ ਨਖੇਦੀ ਕਰ ਰਹੇ ਨੇ ਪਰ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਸਿਮਰਨਜੀਤ ਬਿਆਨ ਦੇ ਉਹਨਾਂ ਦੇ ਬਿਆਨ ਦੇ ਉੱਤੇ ਇੰਨਾ ਵਿਰੋਧ ਕਰ ਰਹੇ ਨੇ ਪਰ ਹੋਰ ਜਿਹੜੇ ਪੰਜਾਬ ਦੇ ਮੁੱਦੇ ਨੇ ਉਸ ਤੇ ਚੁੱਪ ਵੱਟੀ ਬੈਠੇ ਨੇ ਚਾਹੇ ਉਹ ਰਾਗਵ ਚੱਡਾ ਦੀ ਨਿਯੁਕਤੀ ਹੋਵੇ ਜਾਂ ਹੋਰ ਕਈ ਮਸਲੇ ਹੋਣ ਤੁਸੀਂ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਉਹਨਾਂ ਦੇ ਅਟੈਕ ਕਰ ਰਹੇ ਨੇ ਦੇਖੋ ਪਹਿਲੀ ਗੱਲ ਤਾਂ ਇਹ ਆ ਜਿਹੜੇ 92 ਐਮਐਲਏ ਚੁਣੇ ਗਏ ਉਹਨਾਂ 92 ਐਮਐਲਿਆਂ ਨੂੰ ਇਸ ਗੱਲ ਦੀ ਸਮਝ ਚਾਹੀਦੀ ਹੈ ਕਿ ਭਗਵੰਤ ਸਿੰਘ ਮਾਨ ਨੇ ਉਹਦਾ ਨਾਂ ਭਗਵੰਤ ਸਿੰਘ ਮਾਨ ਸੀ ਸਭ ਤੋਂ ਪਹਿਲਾਂ ਉਹਨੇ ਆਪਣਾ ਨਾਂ ਹਟਾਇਆ ਭਗਵੰਤ ਮਾਨ ਰੱਖਿਆ ਇਹਦਾ ਮਤਲਬ ਸਪਸ਼ਟ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਜਿਹੜੀ ਗੱਲ ਦਾ ਜ਼ਿਕਰ ਕਰਦੇ ਨੇ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਉੱਤੇ ਉਹ ਗੁਰੂਆਂ ਦੀ ਫਿਲਾਸਫੀ ਤੋਂ ਮਨਕਰ ਹੋ ਗਿਆ ਬਿਲਕੁਲ ਹੈ ਉਹ ਅਕਾਲ ਤਖਤ ਤੇ ਹਰਮੰਦਰ ਸਾਹਿਬ ਤੇ ਆਨੰਦਪੁਰ ਸਾਹਿਬ ਦੀ ਵਿਚਾਰਧਾਰਾ ਨਾਲ ਪੰਜਾਬੀਆਂ ਨੂੰ ਜੋੜਨ ਦੀ بجائے ਉਹ ਕੇਵਲ ਖੜਕੜ ਕਲਾ ਨਾਲ ਮਾਸਕੋ ਤੇ ਪੀਕਿੰਗ ਦੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰਨਾ ਚਾਹੁੰਦਾ ਜਿਹੜੀ ਵੋਟ ਤੇ ਬੈਂਕ ਸੀਪੀਆਈ ਸੀਪੀਐਮ ਦੀ ਸੀ ਉਸ ਵੋਟ ਨੂੰ ਉਹਨੇ ਇਕੱਠਾ ਕਰਕੇ ਭਗਤ ਸਿੰਘ ਦੇ ਰਾਹੀਂ ਪੰਜਾਬ ਦੀ ਚੋਣ ਮਤਲਬ ਉਹਨੇ ਜਿੱਤੀ ਦੋ ਕਾਰਨਾ ਕਰਕੇ ਇੱਕ ਤਾਂ ਇਹ ਭਗਤ ਸਿੰਘ ਦਾ ਨਾਮ ਵਰਤਿਆ ਦੂਜਾ ਉਹਨੇ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਗਲਤੀਆਂ ਜਿਹੜੀਆਂ ਸੀ ਉਹਦੇ ਕਰਕੇ ਉਹਨਾਂ ਨੇ ਨਾਂ ਵਰਤਿਆ ਉਹਨਾਂ ਕੋਲ ਕੋਈ ਕਿਸੇ ਕਿਸਮ ਦਾ ਏਜੰਡਾ ਨਹੀਂ ਹੈ ਨਾ ਕੱਲ ਸੀ ਨਾ ਅੱਜਾ ਨਾ ਭਵਿਕ ਵਿੱਚ ਉਹਨਾਂ ਕੋਲ ਕੋਈ ਏਜੰਡਾ ਹੈ 92 ਐਮਐਲਏ ਉਦੋਂ ਕਿਉਂ ਨਾ ਬੋਲੇ ਜਦੋਂ ਪੰਜਾਬ ਦੇ ਇਥੋਂ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ ਜਾਣੀ ਸੀ ਉਦੋਂ ਚਾਹੀਦਾ ਤਾਂ ਇਹ ਸੀ ਕਿ ਸਦਾਰਾ ਸਿੰਘ ਝੋਲ ਵਰਗੇ ਬੰਦੇ ਜਿਹੜੇ ਕਿਸਾਨੀ ਮੁੱਦਿਆਂ ਉੱਤੇ ਆਰਥਿਕ ਮੁੱਦਿਆਂ ਉੱਤੇ ਬਹੁਤ ਹੀ ਮਤਲਬ ਆਪਣਾ ਗੰਭੀਰਤਾ ਨਾਲ ਆਪਣੇ ਵਿਚਾਰਾਂ ਦਾ ਪਿਛਲੇ ਸਮੇਂ ਪ੍ਰਗਟਾਵਾ ਕਰਦੇ ਰਹੇ ਉਹਨਾਂ ਨੂੰ ਭੇਜਣ ਦਾ ਯਤਨ ਕਰਨਾ ਚਾਹੀਦਾ ਸੀ ਆਰਥਿਕ ਮੁੱਦਿਆਂ ਦੇ ਮਾਹਰ ਨੂੰ ਭੇਜਣਾ ਚਾਹੀਦਾ ਸੀ ਪੰਜਾਬ ਦਾ ਜਿਹੜਾ ਮਤਲਬ ਪੰਗੋਲਕ ਸਥਿਤੀ ਹੈ ਇਹਦੇ ਸਬੰਧੀ ਜਿਹਨੂੰ ਜਾਣਕਾਰੀ ਸੀ ਉਹ ਉਹੋ ਜੇ ਭੇਜਣੇ ਚਾਹੀਦੇ ਸੀ ਜਿਨ੍ਹਾਂ ਨੇ ਪੰਜਾਬ ਲਈ ਸਟਰਗਲ ਕੀਤੀ ਹੈ ਉਹੋ ਜੇ ਬੰਦੇ ਭੇਜਣੇ ਚਾਹੀਦੇ ਸਾਰੇ ਪੰਜਾਬ ਵਿਰੋਧੀ ਬੰਦੇ ਪੰਜਾਬੀਅਤ ਵਿਰੋਧੀ ਬੰਦੇ ਰਾਜ ਸਭਾ 'ਚ ਭੇਜੇ ਤੇ ਕਿਸੇ ਨੇ ਨੋਟਿਸ ਲੈਣ ਦਾ ਯਤਨ ਨਹੀਂ ਕੀਤਾ ਜਦੋਂ ਰਗਵ ਚੱਡਾ ਪੰਜਾਬ ਤੋਂ ਬਾਹਰ ਦਾ ਚੇਅਰਮੈਨ ਲਾ ਦਿੱਤਾ ਉਦੋਂ ਕਿਸੇ ਨੇ ਵਿਰੋਧ ਨਹੀਂ ਕੀਤਾ ਜਦੋਂ ਉਹਦਾ ਪੀਐਲ ਆਇਆ ਉਦੋਂ ਕਿਸੇ ਨੇ ਵਿਰੋਧ ਨਹੀਂ ਕੀਤਾ ਮੈਂ ਸਮਝਦਾ ਚਾਰ ਮਹੀਨੇ ਦੇ ਦਰਮਿਆਨ ਜਿੰਨੀਆਂ ਵੱਡੀਆਂ ਗਲਤੀਆਂ ਆਮ ਆਦਮੀ ਪਾਰਟੀ ਨੇ ਕੀਤੀਆਂ ਐਡੀਆਂ ਤਾਂ ਕਿਸੇ ਪਾਰਟੀ ਨੇ ਚਾਰ ਮਹੀਨੇ ਚ ਨਹੀਂ ਸੀ ਕੀਤੀਆਂ ਮੈਂ ਮੈਨੂੰ ਲੱਗਦਾ ਹੈ ਕਿ ਇਹ ਪਾਰਟੀ ਕੋਲ ਕੋਈ ਏਜੰਡਾ ਨਹੀਂ ਇਹ ਅਕਾਲੀਆਂ ਤੇ ਕਾਂਗਰਸੀਆਂ ਦੇ ਵਿਰੋਧ ਵਿੱਚ ਮਤਲਬ ਬਣੀ ਹੋਈ ਪਾਰਟੀ ਹੈ ਮੇਰੀ 92 ਐਮਐਲਏ ਨੂੰ ਬੇਨਤੀ ਹੈ ਕਿ ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਛੱਡ ਕੇ ਪੰਜਾਬ ਦੇ ਹਿੱਤਾਂ ਲਈ ਲੜਨ ਦਾ ਯਤਨ ਕਰੋ ਤਾਂ ਭਵਿੱਖ ਵਿੱਚ ਪੰਜਾਬ ਦਾ ਭਲਾ ਹੋ ਸਕਦਾ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਜੀ ਅਕਾਲੀ ਦਲ ਨਾਲ ਤੁਸੀਂ ਜੁੜੇ ਰਹੇ ਹੋ ਫਿਊਚਰ ਕਿਵੇਂ ਦੇਖਦੇ ਹੋ ਤੇ ਹੁਣ ਜਿਵੇਂ ਇਹ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਜਿਹੜਾ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਨੇ ਜਾਂ ਹੋਰ ਜਿਹੜੇ ਵੀ ਨੇ ਉਹਨਾਂ ਨੂੰ ਆਪਣਾ ਅਸਤੀਫਾ ਜਿਹੜਾ ਦੇ ਦੇਣਾ ਚਾਹੀਦਾ ਤੇ ਇੱਕ ਨਵੇਂ ਅਕਾਲੀ ਦਲ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਹੁਣ ਦੀ ਸਿਚੁਏਸ਼ਨ ਨੂੰ ਕਿਵੇਂ ਦੇਖ ਰਹੇ ਹੋ ਤੇ ਕਿਉਂਕਿ ਤੁਸੀਂ ਇਤਿਹਾਸ ਜਾਣਦੇ ਹੋ ਅਕਾਲੀ ਦਲ ਦਾ ਉਸ ਵੇਲੇ ਦੇ ਅਕਾਲੀ ਦਲ ਦੇ ਨਾਲ ਕੰਪੇਅਰ ਕਰਕੇ ਕਿਵੇਂ ਦੇਖਦੇ ਹੋ ਦੇਖੋ ਅਸਲ ਵਿੱਚ ਤਾਂ ਇਹ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੀ ਉਹਦੀ ਨਹੀਂ ਰੱਖੀ ਗਈ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਕਾਇਦਾ ਅਰਦਾਸ ਕੀਤੀ ਹੁਕਮਨਾਮਾ ਲਿਆ ਗਿਆ ਉੱਥੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਸੀ ਪਹਿਲਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਕਸ ਫੋਰਸ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਰਚੇ ਲਾਏ ਕਿ ਗੁਰਦੁਆਰੇ ਸਹਿਬਾਨ ਆਜ਼ਾਦ ਕਰਾਉਣੇ ਨੇ ਮਹੰਤਾਂ ਕੋਲੋਂ ਪੰਜਾ ਸਾਹਿਬ ਨਨਕਾਣਾ ਸਾਹਿਬ ਗੁਰੂ ਕਾ ਬਾਗ ਜੈਤੋਂ ਦਾ ਮੋਰਚਾ ਇਹ ਸਾਰੇ ਮੋਰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਬੜਾ ਲਹੂ ਡੁੱਲਿਆ ਬੜੀ ਲਹੂ ਡੂਲ ਮੇ ਵੀ ਲਹੂ ਬੀਟ ਮੇ ਜੰਗ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਜਰਮਾਨੇ ਪਰੇ ਜੇਲ੍ਹਾਂ ਚ ਗਏ ਬੜੀ ਕੁਰਬਾਨੀ ਕੀਤੀ ਹੈ ਫਿਰ ਮਤਲਬ ਇੱਥੇ ਪੰਜਾਬੀ ਸੂਬੇ ਦੀ ਜੰਗ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਫਿਰ ਇਥੇ ਅਮਰਜੈਂਸੀ ਦੀ ਜੰਗ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਫਿਰ ਧਰਮ ਯੁੱਧ ਮੋਰਚੇ ਦੇ ਰਾਹੀਂ ਪੰਜਾਬ ਦੀਆਂ ਮੰਗਾਂ ਦੀ ਜੰਗ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਬੜੀ ਹਿਸਟੋਰੀਕਲ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਆ ਲੇਕਿਨ ਬਦਕਿਸਮਤੀ ਕਿ ਪਿਛਲੇ ਸਮੇਂ ਦੇ ਵਿੱਚ ਮੌਕੇ ਦੀ ਕਾਨਫਰੰਸ ਕਰਕੇ ਜਦੋਂ ਇਹਦਾ ਰੈਜੂਲੇਸ਼ਨ ਪਾ ਕੇ ਇਹ ਕਹਿ ਦਿੱਤਾ ਗਿਆ ਜੀ ਇਹ ਪੰਜਾਬੀ ਪਾਰਟੀ ਐ ਤਾਂ ਉਦੋਂ ਸਿੱਖਾਂ ਦੇ ਅੰਦਰ ਇੱਕ ਰੋਹ ਪੈਦਾ ਹੋਣਾ ਸ਼ੁਰੂ ਹੋ ਗਿਆ ਕਿ ਸਿੱਖਾਂ ਦੀ ਪਾਰਟੀ ਫਿਰ ਕਿਹੜੀ ਰਹੀ ਹਿੰਦੂਆਂ ਦੀ ਪਾਰਟੀ ਦਾ ਬੀਜੇਪੀ ਐ ਕਾਮਰੈਡਾਂ ਦੀ ਪਾਰਟੀ ਪਹਿਲਾਂ ਸੀਪੀਆਈ ਸੀਪੀਐਮਸੀ ਹੁਣ ਉਹਨਾਂ ਦੀ ਭਗਵੰਤ ਸਿੰਘ ਮਾਨ ਉਹ ਨਹੀਂ ਬਣ ਗਏ ਦੂਜੀਆਂ ਮੁੱਕ ਗਈਆਂ ਤੇ ਦਲਤਾਂ ਦੀ ਪਾਰਟੀ ਬੀਐਸਪੀ ਐ ਤੇ ਪੰਥ ਦੀ ਪਾਰਟੀ ਕਿੱਥੇ ਐ ਇੱਕ ਤਾਂ ਇਹ ਗੁੱਸਾ ਐ ਵੀ ਤੁਸੀਂ ਪੰਥ ਦੀ ਪਾਰਟੀ ਖਤਮ ਕਰ ਦਿੱਤੀ ਅੱਜ ਅਕਾਲੀ ਦਲ ਨੂੰ ਉਹ ਝੰਡਾ ਬਿਡਰਾ ਕਰਨਾ ਚਾਹੀਦਾ ਹੈ ਮਤਾ ਵਾਪਸ ਲੈਣਾ ਚਾਹੀਦਾ ਫਿਰ ਜਿਨ੍ਹਾਂ ਗੱਲਾਂ ਤੇ ਮੋਰਚਾ ਲਾਇਆ ਫੈਡਰਲਿਜ਼ਮ ਤੇ ਮੋਰਚਾ ਲਾਇਆ ਉਹ ਛੱਡ ਦਿੱਤੀ ਧਾਰਾ 370 ਦੇ ਵਿਰੋਧ ਵਿੱਚ ਸੀ ਅਕਾਲੀ ਦਲ ਵੀ ਇਹ ਖਤਮ ਨਹੀਂ ਹੋਣਾ ਚਾਹੀਦਾ ਉਹਦੀ ਖਤਮ ਕਰਨ ਦੀ ਹਮਾਇਤ ਕਰ ਦਿੱਤੀ ਮਿਨਿਓਰਿਟੀ ਦੇ ਉੱਤੇ ੱੱਕਾ ਹੋ ਰਿਹਾ ਉਹਦੇ ਤੇ ਸਾਡੀ ਚੁੱਪ ਮਾੜੀ ਐ ਸਾਨੂੰ ਨੋਟਿਸ ਲੈਣਾ ਚਾਹੀਦਾ ਜੋ ਘੱਟ ਗਣਤੀਆਂ ਤੇ ਜ਼ੁਲਮ ਹੋਣਾ ਹੋ ਰਿਹਾ ਫਿਰ ਚੰਡੀਗੜ੍ਹ ਪੰਜਾਬ ਦਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਪਾਣੀਆਂ ਦਾ ਇਸ਼ੂ ਇਹ ਸਾਰੇ ਮਸਲਿਆਂ ਦੇ ਉੱਤੇ ਸ਼ੁਰੂ ਖੇਤੀ ਕਾਨੂੰਨ ਤੇ ਵੀ ਯੂ ਟਰਨ ਲਿਆ ਕਾਨੂੰਨ ਦੇ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਤੇ ਨਾ ਕਿਤੇ ਕੋਤਾਈਆਂ ਕੀਤੀਆਂ ਨੇ ਫਿਰ ਅੱਜ ਬੰਦੀ ਸਿੰਘਾਂ ਦੀ ਅਸੀਂ ਰਿਹਾਈ ਦੀ ਗੱਲ ਤੱਕ ਕਰਦੇ ਹਾਂ ਪਰ ਜਦੋਂ ਅਸੀਂ ਇਹਨਾਂ ਦੀ ਗੱਲ ਕਰਾਂਗੇ ਫਿਰ ਸੁਮੇਤ ਸੈਣੀ ਵਰਗੇ ਲੋਕ ਜਿੰਦਿਆਂ ਨੇ ਮਤਲਬ ਪੂਰੇ ਤੇ ਪੂਰੇ ਪਰਿਵਾਰ ਮਾਰਤੇ ਸਿੱਖਾ ਦੇ ਮਤਲਬ ਉਹ ਆਪਣਾ ਜਹਾਰ ਆਲਮ ਵਰਗੇ ਨੂੰ ਤੁਸੀਂ ਅਕਾਲੀ ਦਲ ਦਾ ਮੀਤ ਪ੍ਰਧਾਨ ਲਾਇਆ ਇਹ ਗਲਤੀਆਂ ਹੋਈਆਂ ਨੇ ਅਕਾਲੀ ਦਲ ਤੋਂ ਫਿਰ ਉਸ ਤੋਂ ਵੀ ਜਾ ਕੇ ਵੱਡੀਆਂ ਗਲਤੀਆਂ ਕਰਤੀਆਂ ਸਰਕਾਰ ਹੁੰਦਿਆਂ ਹੋਇਆਂ ਲਲਕਾਰ ਕੇ ਸੌਦਾ ਸਾਧ ਵਾਲਿਆਂ ਨੇ ਉਹਨਾਂ ਨੇ ਮਹਾਰਾ ਦਾ ਸਰੂਪ ਚੁੱਕਿਆ ਬੇਅਦਬੀ ਕੀਤੀ ਗਲੀਆਂ 'ਚ ਖੜਾ ਰਿਆ ਮਹਾਰਾ ਦੇ ਰੂਪ ਨੂੰ ਗੰਦਗੀ ਭਾਂ ਗੰਦੇ ਪਾਣੀ ਚ ਛੁੱਟਿਆ ਪੋਸਟਰ ਲਾ ਕੇ ਲਲਕਾਰ ਕੇ ਚੁੱਕਿਆ ਸਾਡੀ ਸਰਕਾਰ ਨੇ ਉਹਨਾਂ ਨੂੰ ਫੜਨ ਦੀ ਬਜਾਏ ਜਿਨ੍ਹਾਂ ਨੇ ਧਰਨਾ ਲਾਇਆ ਉਹਨਾਂ ਤੇ ਗੋਲੀ ਚਲਾਈ ਮੈਂ ਉਹ ਮਤਲਬ ਬੰਦੇ ਮਾਰ ਦਿੱਤੇ ਗਏ ਫੜ ਕੇ ਜੇਲ੍ਹਾਂ ਚ ਬੰਦ ਕਰ ਦਿੱਤੇ ਤੇ ਉਸ ਤੋਂ ਬਾਅਦ ਸੌਦਾ ਸਾਧ ਨੂੰ ਮਾਫ ਕਰਦਾ ਕਾਲ ਤਖਤ ਵੱਲੋਂ ਉਹਨਾਂ ਉਹਦਾ ਨੋਟਿਸ ਪੰਥ ਨੇ ਲਿਆ ਫਿਰ ਉਹਦੀ ਮਾਫੀ ਨਾਮੇ ਨੂੰ ਜਸਟੀਫਾਈ ਕਰਨ ਲਈ 90 ਲੱਖ ਰੁਪਇਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਰਚ ਕਰਤਾ ਅਸੀਂ ਵਿਰੋਧ ਕੀਤਾ ਰੌਲਾ ਪਾਇਆ ਮੈਂ ਤੇ ਭੌਰ ਸਾਹਿਬ ਨੇ ਤੇ ਕਿਸੇ ਨੇ ਗੱਲ ਨਾ ਸੁਣੀ ਮੈਂ ਇਹ ਸਮਝਦਾ ਇਹ ਸਾਰੀਆਂ ਗੱਲਾਂ ਜੋ ਕੁਝ ਵੀ ਵਾਪਰੀਆਂ ਇਹਦੇ ਲਈ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ ਕੱਲਾ ਸੁਖਬੀਰ ਸਿੰਘ ਬਾਦਲ ਲਈ ਟੋਟਲ ਲੀਡਰਸ਼ਿਪ ਜ਼ਿੰਮੇਵਾਰਾ ਲੀਡਰਸ਼ਿਪ ਦਾ ਫਰਜ਼ ਸੀ ਕਿ ਆਪਣਾ ਬੰਦਾ ਰੋਲ ਉੱਥੇ ਅਦਾ ਕਰਨ ਦਾ ਯਤਨ ਕਰਦੇ ਗਲਤ ਫੈਸਲੇ ਜੋ ਹੋਏ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ ਕਰਦੇ ਕੀਤੇ ਨਾ ਹੁਣ ਮੈਂ ਸਮਝਦਾ ਕਿ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਭਵਿੱਖ ਹੈ ਉਹ ਤਦੇ ਉਜਲਾ ਹੋ ਸਕਦਾ ਸਾਰੀ ਲੀਡਰਸ਼ਿਪ ਅਕਾਲ ਤਖਤ ਤੇ ਜਾਵੇ ਅਸਤੀਫੇ ਸੌਂਪੇ ਪੰਥ ਕੋਲੋਂ ਮਾਫੀ ਮੰਗੇ ਕਿ ਸਾਤ ਹੋਏ ਗਲਤੀਆਂ ਹੋਈਆਂ ਨੇ ਭਵਿੱਖ ਵਿੱਚ ਅਸੀਂ ਕਿਸੇ ਕਿਸਮ ਦੀ ਗਲਤੀ ਨਹੀਂ ਕਰਾਂਗੇ ਤੇ ਇਹਨਾਂ ਤੋਂ ਬਿਨਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਪਣਾ ਬਣਦਾ ਰੋਲ ਅਦਾ ਕਰੇ ਕਿਉਂਕਿ ਉਹ ਪੰਥ ਦਾ ਜਥੇਦਾਰ ਹੈ ਪੰਤ ਦੀ ਸੰਸਤਾ ਸ਼੍ਰੋਮਣੀ ਅਕਾਲੀ ਦਲ ਉਹਦੇ ਸਾਹਮਣੇ ਇਹਦੀ ਮੌਤ ਹੋ ਰਹੀ ਹੈ ਮਰ ਰਹੀ ਹੈ ਤੇ ਉਹ ਚੁੱਪ ਕਰਕੇ ਦੇਖਦਾ ਤੇ ਇਤਿਹਾਸ ਵਿੱਚ ਨਾ ਉਹਨਾਂ ਦਾ ਵੀ ਕਾਲੇ ਅੱਖਰਾਂ 'ਚ ਲਿਖਿਆ ਜਾਏ ਇਸ ਲਈ ਜਥੇਦਾਰ ਕਾਲ ਤਖਤ ਨੂੰ ਚਾਹੀਦਾ ਹੈ ਕਿ ਉਹ ਪੰਜ ਮੈਂਬਰੀ ਪਰਜੀਡੀਆਂ ਬਣਾਵੇ ਇਹਨਾਂ ਦੇ ਅਸਤੀਫੇ ਲੈ ਕੇ ਉਹਨਾਂ ਲੋਕਾਂ ਦੀ ਬਣਾਵੇ ਜਿਨ੍ਹਾਂ ਦੇ ਗੱਤਰੇ ਕਿਰਪਾਨਾ ਹੋਣ ਜਿਹੜੇ ਕਿਤੇ ਨਾ ਕਿਤੇ ਅਰਦਾਸ ਕਰ ਸਕਦੇ ਹੋਣ ਹੁਕਮਨਾਮਾ ਲੈ ਸਕਦੇ ਹੋਣ ਧਰਮ ਦੀ ਗੱਲ ਕਰ ਸਕਦੇ ਹੋਣ ਇਹੋ ਜਿਹੇ ਬੰਦਿਆਂ ਦੀ ਗਵਾਹੀ ਵਿੱਚ ਅਕਾਲੀ ਦਲ ਦੁਆਰੇ ਸਰਵਾਈਵ ਕਰਨ ਦੀ ਲੋੜ ਹੈ ਤਾਹਾਂ ਜਾ ਕੇ ਪੰਥ ਦੇ ਅੰਦਰ ਭਰੋਸਾ ਬੈਠੇਗਾ ਨਹੀਂ ਉਨਾ ਚਿਰ ਮੈਂ ਸਮਝਦਾ ਪੰਥ ਵਿਸ਼ਵਾਸ ਨਹੀਂ ਕਰਦਾ ਤੁਸੀਂ ਦੇਖੋ ਕਿੱਥੇ ਸਾਡਾ 10 ਸਾਲ ਰਾਜ ਰਿਹਾ ਕਿੱਥੇ ਅਸੀਂ 15 ਸੀਟਾਂ ਤੇ ਆ ਗਏ 15 ਤੋਂ ਬਾਅਦ ਪਾਰਲੀਮੈਂਟ ਚ ਦੋ ਜਿੱਤੀਆਂ ਫਿਰ ਚੋਣ ਆਈ ਸੰਬਲੀ ਦੀ ਫਿਰ ਅਸੀਂ ਤਿੰਨ ਤੇ ਆ ਗਏ ਫਿਰ ਹੁਣ ਜਿਵੇਂ ਨੀ ਚੋਣ ਪਾਰਲੀਮੈਂਟ ਦੀ ਹੋਈ 6% ਵੋਟਾਂ ਪਈਆਂ ਤੇ ਇਸ ਤੋਂ ਵੱਡਾ ਨੰਘਾਰ ਹੋਰ ਕੀ ਹੋ ਸਕਦਾ ਹੋਰ ਕੀ ਵੇਖਣਾ ਚਾਹੁੰਦੇ ਨੇ ਅਕਾਲੀ ਦਲ ਦੀ ਲੀਡਰਸ਼ਿਪ ਮੈਂ ਤੁਹਾਡੇ ذریعے ਕਹਿਣਾ ਚਾਹੁੰਦਾ ਕਿ ਤੁਸੀਂ ਇਸ ਅਕਾਲੀ ਦਲ ਦੇ ਪਲੇਟਫਾਰਮ ਰਾਹੀਂ ਐਮਐਲਏ ਬਣੇ, ਐਮਪੀ ਬਣੇ, ਡਿਪਟੀ ਸੀਐਮ ਬਣੇ, ਮੈਂਬਰ ਪਾਰਲੀਮੈਂਟ ਬਣੇ ਔਰ ਤੁਹਾਡੇ ਬੱਚੇ ਮਤਲਬ ਜਿਹੜੇ ਸੀ ਉਹ ਵੱਡੇ ਵੱਡੇ ਰੁਤਬਿਆਂ ਤੇ ਪਹੁੰਚੇ ਅੱਜ ਉਹੀ ਪਾਰਟੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਰ ਰਹੀ ਹੈ। ਇਹ ਕੁਰਬਾਨੀ ਮੰਗਦੀ ਹੈ। ਇਹ ਤੁਹਾਡੇ ਕੋਲੋਂ ਤਿਆਗ ਮੰਗਦੀ ਹੈ। ਇਸ ਕਰਕੇ ਕੁਰਬਾਨੀ ਤੇ ਤਿਆਗ ਕਰੋ। ਇਹ ਪਾਰਟੀ ਨੂੰ ਬਚਾਓ ਤੇ ਪਾਰਟੀ ਬਚੇਗੀ। ਤੁਹਾਡਾ ਭਵਿੱਖ ਜੜਾ ਹੋਏਗਾ। ਜੇ ਪਾਰਟੀ ਨਾ ਬਚੀ ਤੇ ਤੁਹਾਡਾ ਭਵਿਕ ਵੀ ਮਿੱਟੀ ਚ ਮਿਲ ਜਾਏਗਾ ਇਤਿਹਾਸ ਤੁਹਾਨੂੰ ਮਾਫ ਨਹੀਂ ਕਰੇਗਾ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਵੀ ਐਸਜੀਪੀਸੀ ਐ ਉਹ ਬਿਲਕੁਲ ਕਟਪੁਤਲੀ ਬਣ ਕੇ ਰਹਿ ਚੁੱਕਿਆ ਹੈ ਤੁਸੀਂ ਵੀ ਇਹ ਚੀਜ਼ ਮਹਿਸੂਸ ਕਰਦੇ ਹੋ ਤੇ ਕਾਲ ਤੱਕ ਦੇ ਜਥੇਦਾਰ ਦੇ ਜਿਹੜੇ ਪਿਛਲੇ ਦਿਨਾਂ ਚ ਬਿਆਨ ਸੁਣਨ ਨੂੰ ਮਿਲੇ ਉਹਨਾਂ ਨੇ ਆਪ ਕਿਹਾ ਵੀ ਕਾਲੀ ਜਲਦੀ ਹਮਾਇਤ ਕਰੋ ਫਿਰ ਵੀ ਲੋਕਾਂ ਵੱਲੋਂ ਲੋਕਾਂ ਦੇ ਅਸਰ ਪਿਆ ਨਹੀਂ ਲੱਗਿਆ ਜਾਂ ਹੋਰ ਜਿਹੜੇ ਬਿਆਨ ਇਸ ਤਰ੍ਹਾਂ ਦੇ ਲਗਾਤਾਰ ਆਏ ਜਿਦਾ ਕਾਫੀ ਵਿਰੋਧ ਹੋਇਆ ਕੌਂਟਰੋਵਰਸੀ ਵੀ ਹੋਈ ਇਸ ਚੀਜ਼ ਦਾ ਓਵਰਆਲ ਨੁਕਸਾਨ ਕਿੰਨਾ ਕੁ ਦੇਖ ਰਹੇ ਹੋ ਉਹ ਮੈਂ ਇੱਕ ਸਮਝਦਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਇਹ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰੋ ਕੋਈ ਮਾੜੀ ਗੱਲ ਨਹੀਂ ਜਿਹੜੀ ਪਾਰਟੀ ਦੀ ਨੀ ਅਕਾਲ ਤਖਤ ਤੇ ਰੱਖੀ ਗਈ ਹੋਵੇ ਜਿਹੜੀ ਪੰਥ ਦੀ ਪਾਰਟੀ ਹੋਵੇ ਉਹਨੂੰ ਬਚਾਉਣਾ ਜਥੇਦਾਰ ਦੀ ਡਿਊਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਲਾਹ ਦੇਣੀ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਸਲਾਹ ਮੰਗਣੀ ਕੋਈ ਮਾੜੀ ਗੱਲ ਨਹੀਂ ਕੱਲੀ ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਕੋਈ ਵੀ ਸਿੱਖ ਜਿਹੜਾ ਜੇ ਉਹ ਚੰਗੀ ਸਲਾਹ ਸਰਬੱਤ ਦੇ ਭਲੇ ਲਈ ਸੰਸਥਾ ਨੂੰ ਬਚਾਉਣ ਲਈ ਜਾਂ ਪੰਥ ਦੀ ਚੜ੍ਹਦੀ ਕਲਾ ਲਈ ਜਾਂ ਹੋਰ ਕਿਸੇ ਚੰਗੇ ਕਾਰਜਾਂ ਲਈ ਜੇ ਕੋਈ ਸਲਾਹ ਦਿੰਦਾ ਨੇਕ ਸਲਾਹ ਹੈ ਉਹ ਜੋਗ ਹੈ ਪ੍ਰਧਾਨ ਨੂੰ ਵੇਖਣਾ ਚਾਹੀਦਾ ਕਿ ਦਿੱਤੀ ਹੋਈ ਸਲਾਹ ਪੰਥਕ ਹਿੱਤ ਵਿੱਚ ਹੈਗੀ ਗੁਰਮਤਿ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ ਤਾਂ ਉਹ ਪ੍ਰਵਾਨ ਕਰਨ 'ਚ ਕੋਈ ਹਰਜ ਨਹੀਂ ਹੈ ਸਲਾਹ ਦੇਣੀ ਕੋਈ ਮਾੜੀ ਗੱਲ ਨਹੀਂ ਪਰ ਉਹਦੇ ਤੇ ਦਖਲ ਦੇਣਾ ਮਤਲਬ ਜਿਹੜਾ ਉਹ ਚੰਗੀ ਤਰ੍ਹਾਂ ਮੈਂ ਸਮਝਦਾ ਪੰਥ ਨੂੰ ਪਰਵਾਹ ਨਹੀਂ ਅ ਪੰਜੋਲੀ ਜਿਹੜਾ ਬੇਅਦਬੀ ਦਾ ਮੁੱਦਾ ਸੀ ਬੇਅਦਬੀ ਹੋਈ ਉਸ ਤੋਂ ਬਾਅਦ ਅਕਾਲੀ ਦਲ ਦਾ ਜਿਹੜਾ ਡਾਊਨਫਾਲ ਦੇਖਣ ਨੂੰ ਮਿਲਿਆ ਬਹੁਤ ਲੋਕ ਉਹੀ ਕਾਰਨ ਵੀ ਮੰਨਦੇ ਨੇ ਤੇ ਹੁਣ ਬੇਅਦਬੀ ਤੇ ਇੱਕ ਇਜਲਾਸ ਆ ਜਿਹੜਾ ਹੋ ਰੱਖਿਆ ਗਿਆ ਫਤੇਗੜ ਸਾਹਿਬ ਦੀ ਧਰਤੀ ਤੇ ਤੇ ਉੱਥੇ ਹਾਲਾਂਕਿ 117 ਦੇ 117 ਵਿਧਾਇਕਾਂ ਨੂੰ ਬੁਲਾਇਆ ਗਿਆ ਸੀਗਾ ਵੀ ਤੁਸੀਂ ਵਿਧਾਨ ਸਭਾ ਸੈਸ਼ਨ 'ਚ ਕੋਈ ਗੱਲ ਨਹੀਂ ਕੀਤੀ ਇੱਥੇ ਆ ਕੇ ਡਿਸਕਸ ਕਰੋ ਇਹ ਮੁੱਦਾ ਸਭ ਤੋਂ ਵੱਡਾ ਪੰਜਾਬ ਦਾ ਤੇ ਉੱਥੇ ਕੋਈ ਨਹੀਂ ਪਹੁੰਚਿਆ ਚਾਹੇ ਉਹ ਸਰਕਾਰ ਵੱਲੋਂ ਹੋਵੇ ਜਾਂ ਵਿਰੋਧੀ ਧਿਰਾਂ ਵੱਲੋਂ ਹੋਵੇ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਪਿਛਲੇ ਸਮੇਂ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਵੀ ਇਹ ਗੱਲ ਲੋਕਾਂ 'ਚ ਕਹੀ ਸੀ ਪੰਥ ਸਾਹਮਣੇ ਰੱਖੀ ਸੀ ਕਿ ਸਾਡੀ ਸਰਕਾਰ ਬਣਾਓ ਅਸੀਂ 4 ਮਹੀਨੇ ਦੇ ਅੰਦਰ-ਅੰਦਰ ਦੋਸ਼ੀ ਪੜ ਕੇ ਜੇਲ੍ਹ ਵਿੱਚ ਭੇਜ ਦਵਾਂਗੇ ਉਹਨਾਂ ਨੇ 5 ਸਾਲ ਲਖਾ ਤੇ ਲੋਕਾਂ ਨਾਲ ਲਾਰਾ ਲਾ ਕੇ ਕੁਝ ਨਹੀਂ ਕੀਤਾ ਇਹ ਬਾਰ-ਬਾਰ ਭਗਵੰਤ ਮਾਨ ਕਹਿੰਦਾ ਰਿਹਾ ਅਸੀਂ ਦੋਸ਼ੀਆਂ ਨੂੰ ਫੜਾਂਗੇ ਜੇਲ੍ਹ 'ਚ ਭੇਜਾਂਗੇ ਕਾਰਵਾਈ ਕਰਨ ਦਾ ਯਤਨ ਕਰਾਂਗੇ ਇਨਸਾਫ ਮਿਲੇਗਾ ਲੇਕਿਨ ਬਦਕਿਸਮਤੀ ਕਿ ਜਦੋਂ ਪਹਿਲਾ اجلاس ਹੋਇਆ ਉਸ اجلاس ਦੇ ਅੰਦਰ ਕਮਰਬਿਜੇ ਪ੍ਰਤਾਪ ਨੇ ਜੇ ਮਤਲਬ ਇਹ ਡਿਮਾਂਡ ਕੀਤੀ ਹੈ ਕਿ ਇਹਦੇ ਤੇ ਬਹਿਸ ਹੋਣੀ ਚਾਹੀਦੀ ਹੈ ਵਿਚਾਰ ਹੋਣਾ ਚਾਹੀਦਾ ਫਿਰ ਮੈਂ ਸਮਝਦਾ ਕਰਨੀ ਚਾਹੀਦੀ ਸੀ ਤੇ ਜਿਹੜੇ ਲੋਕ ਵਿਚਾਰ ਕਰਨ ਲਈ ਵੀ ਤਿਆਰ ਨਹੀਂ ਉਹਨਾਂ ਲੋਕਾਂ ਕੋਲੋਂ ਤੁਸੀਂ ਇਸ ਗੱਲ ਦੀ ਆਸ ਕਿਵੇਂ ਕਰ ਸਕਦੇ ਹੋ ਕੀ ਤਵਕਕੋ ਰੱਖ ਸਕਦੇ ਹੋ ਕਿ ਉਹ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦੇਣ ਦਾ ਯਤਨ ਕਰਨਗੇ ਤੇ ਨੰਬਰ 2 ਤੇ ਅੱਜ ਜਿਹੜਾ ਜਲਾਸ ਰੱਖਿਆ ਇਹ ਪੰਥਕ ਦਰਦੀਆਂ ਦਾ ਜਲਾਸ ਹੈ ਇਹਨਾਂ ਦੇ ਅੰਦਰ ਦਰਦ ਹੈ ਉਹ ਦਰਦ ਨੂੰ ਦਰਦ ਦਾ ਪ੍ਰਗਟਾਵਾ ਕਰਨ ਲਈ ਇਹਨਾਂ ਨੇ ਜਲਾਸ ਰੱਖਿਆ ਪਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਇਹਨਾਂ ਵਿੱਚ ਕਿਉਂ ਆਉਣਗੀਆਂ ਜੀ ਮਤਲਬ ਕਾਲੀਆਂ ਕਾਲੀਆਂ ਤੇ ਦੋਸ਼ ਲੱਗਦਾ ਵੀ ਤੁਸੀਂ ਦੋਸ਼ੀ ਨਹੀਂ ਫੜੇ ਕਾਂਗਰਸ ਤੇ ਲੱਗਦਾ ਤੁਸੀਂ ਦੋਸ਼ੀ ਨਹੀਂ ਫੜੇ ਇਹਨਾਂ ਤੇ ਦੋਸ਼ ਲੱਗਦਾ ਤੁਸੀਂ ਜਲਾਸ ਤੇ ਬਹਿਸ ਨਹੀਂ ਕਰਵਾਈ ਤੇ ਮੈਂ ਸਮਝਦਾ ਜਿਹੜੇ ਕਿਤੇ ਨਾ ਕਿਤੇ ਕਸੂਰਬਾਰ ਨੇ ਉਹ ਕਸੂਰbaar ਪੰਥ ਦੀ ਕਚੈਰੀ ਵਿੱਚ ਪੇਸ਼ ਨਹੀਂ ਹੋ ਸਕਦੇ ਉਹੀ ਪੇਸ਼ ਹੋ ਸਕਦਾ ਜਿਹਦਾ ਜਿਹੜਾ ਗੁਰਮਨ ਦੇ ਰੰਗ ਵਿੱਚ ਰੰਗਿਆ ਹੋਵੇ ਜਿਹੜਾ ਗੁਰੂ ਨੂੰ ਸਮਰਪਿਤ ਹੋਵੇ ਜਿਹੜਾ ਆ ਕੇ ਕਹਿ ਸਕੇ ਵੀ ਭਾਈ ਮੇਤੋਂ ਭੁੱਲ ਹੋਈ ਮੇਤੋਂ ਗਲਤੀ ਹੋਈ ਹੈ ਮੈਂ ਆਪਣੀ ਗੱਲ ਤੇ ਪੂਰਾ ਨਹੀਂ ਉਤਰ ਸਕਿਆ ਉਹ ਹਜਾ ਬੰਦਾ ਤਾਂ ਭਾਵੇਂ ਆ ਜੇ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਐਮਐਲ ਇੱਥੇ ਆਏਗਾ ਪਰ ਜ਼ਿਲ੍ਹਾ ਸਦਨ ਵਾਲਿਆਂ ਨੇ ਜੋ ਮੈਸੇਜ ਦੇਣਾ ਉਹ ਤਾਂ ਇਹ ਮੈਸੇਜ ਉਹ ਦੇਣਾ ਚਾਹੁੰਦੇ ਨੇ ਕਿ ਨਾ ਅਕਾਲੀ ਦਲ ਦੇ ਰਾਚਨ ਸਾਹਿਬ ਮਿਲਿਆ ਨਾ ਕਾਂਗਰਸ ਦੇ ਰਾਜ ਚ ਮਿਲਿਆ ਨਾ ਆਜਨ ਸਾਹਿਬ ਮਿਲਣ ਦੀ ਸਭਾਵਨਾ ਇਸ ਕਰਕੇ ਲੋਕਾਂ ਨੂੰ ਖੁਦ ਹੀ ਜਾਗਰਤ ਹੋਣ ਦੀ ਵੱਡੀ ਲੋੜ ਹੈ ਤੁਸੀਂ ਸਿੱਧੂ ਮੂਸੇਵਾਲਾ ਦੇ ਐਸਵਾਈਐਲ ਗੀਤ ਦਾ ਜ਼ਿਕਰ ਕਰ ਰਹੇ ਸੀਗੇ ਬਲਵਿੰਦਰ ਜਟਾਣਾ ਉਸ ਤੋਂ ਬਾਅਦ ਬੜੀ ਚਰਚਾ ਚਾਹੀ ਦੁਬਾਰੇ ਲੋਕਾਂ ਨੇ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੁਣ ਅਕਾਲੀ ਦਲ ਵੱਲੋਂ ਟਰੈਕਟਰ ਮਾਰਚ ਹੈ ਜਿਹੜਾ ਉਹ ਕੀਤਾ ਗਿਆ ਇਸ ਗਾਣਿਆ ਕਿਉਂਕਿ ਬੈਨ ਕੀਤਾ ਗਿਆ ਸੀ YouTube ਤੋਂ ਤੇ ਉਹਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਟਰੈਕਟਰ ਮਾਰਚ ਕੀਤਾ ਹੁਣ ਉਸ ਗਾਣੇ ਚ ਬਲਵਿੰਦਰ ਜਟਾਣਾ ਨੂੰ ਜਿਹੜਾ ਹੈਗਾ ਉਹਨਾਂ ਦਾ ਮੇਨ ਦਿਖਾਇਆ ਹੋਇਆ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਵੀ ਪੇਸ਼ ਕੀਤਾ ਗਿਆ ਵੀ ਉਹਨਾਂ ਨੇ ਜਿਹੜੀ ਕੁਰਬਾਨੀ ਦਿੱਤੀ ਕੀਤੀ ਸੀਗੀ ਤੇ ਹੁਣ ਸੁਮੇਸ਼ ਸੈਣੀ ਦਾ ਜਿਹੜਾ ਸੀਗਾ ਸੁਮੇਸ਼ ਸੈਣੀ ਨੇ ਉਹਨਾਂ ਦੇ ਪਰਿਵਾਰ ਨੂੰ ਜੋ ਵੀ ਕੁਝ ਉਦੋਂ ਕੀਤਾ ਤੇ ਸੁਮੇਸ਼ ਸੈਣੀ ਨੂੰ ਅਕਾਲੀ ਦਲ ਦੇ ਰਾਜ ਵਿੱਚ ਡੀਜੀਪੀ ਲਾਇਆ ਗਿਆ ਸੋ ਹੁਣੇ ਟਰੈਕਟਰ ਮਾਰਚ ਜਿਹੜਾ ਕਰ ਰਹੇ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਂ ਪਹਿਲੀ ਗਲਤੀ ਜਿਹੜਾ ਟਰੈਕਟਰ ਮਾਰਚ ਹੈ ਉਹ ਮਤਲਬ ਸੁੱਧੇ ਸਿੱਧੂ bussਿਆਂ ਵਾਲੇ ਦੇ ਗਾਣੇ ਨੂੰ ਲੈ ਕੇ ਜਾਂ ਕਮਰ ਗਰੇਵਾਲ ਦੇ ਗਾਣੇ ਨੂੰ ਲੈ ਕੇ ਅਸਲ ਵਿੱਚ ਇਹਦੇ ਵਿੱਚ ਦੋ ਗੱਲਾਂ ਦੀ ਤਰਜਮਾਨੀ ਹੈ ਇੱਕ ਤਾਂ ਪਾਣੀਆਂ ਦੇ ਇਸ਼ੂ ਦੀ ਗੱਲ ਉਹਨੇ ਖੜੀ ਕੀਤੀ ਹੈ ਵੀ ਸਾਡਾ ਪਾਣੀ ਲੁੱਟ ਕੇ ਲੈ ਗਏਗੇ ਤੱਕਾ ਉਹਨੇ ਦਿੱਲੀ ਨੂੰ ਇਹਦੇ ਰਾਹੀਂ ਚੇਤਾਵਨੀ ਦੇਣ ਦਾ ਯਤਨ ਕੀਤਾ ਦੂਜਾ ਕਮਰ ਗਰੇਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਗੱਲ ਕੀਤੀ ਹੈ ਗਾਣੇ ਤਾਂ ਦੋਹੇ ਪ੍ਰਸ਼ੰਸਾਯੋਗ ਨੇ ਪਰ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਮਤਲਬ ਵਿਚਾਰਧਾਰਾ ਉਹ ਗੌਣ ਬਚਾਉਣ ਵਾਲੀ ਜੀ ਹੈ ਸ਼ਰਮਣੀ ਅਕਾਲੀ ਦਲ ਦੀ ਵਿਚਾਰਧਾਰਾ ਤਾਂ ਪੰਥਕ ਢਾਡੀ ਲਾਉਣ ਦੀ ਉਹ ਹੈ ਪਰ ਇਹਨਾਂ ਦੀ ਹਮਾਇਤ ਕਰਨਾ ਇਸ ਕਰਕੇ ਜ਼ਰੂਰੀ ਸੀ ਕਿ ਇਹ ਮਤਲਬ ਪੰਜਾਬ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਨੇ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਨੇ ਇਹਨਾਂ ਤੇ ਪਵੰਦੀ ਸਰਕਾਰ ਨੇ ਬਿਲਕੁਲ ਗਲਤ ਲਾਈ ਹੈ ਇਹ ਮੌਲਕ ਅਧਿਕਾਰਾਂ ਦੇ ਉੱਤੇ ਛਾਪ ਹੈ ਭਾਰਤ ਦਾ ਸੰਵਿਧਾਨ ਲਿਖਣ ਪੜ੍ਹਨ ਤੇ ਬੋਲਣ ਦੀ ਆਜ਼ਾਦੀ ਦਿੰਦਾ ਜੇ ਹਿੰਦੁਸਤਾਨ ਦੇ ਅੰਦਰ ਭਾਰਤ ਦੇ ਹਿੰਦੂ ਨੂੰ ਇਹ ਅਧਿਕਾਰ ਹੈ ਕਿ ਉਹ ਇਹ ਕਹਿ ਸਕਦਾ ਕਿ ਇੱਥੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਉਹ ਬਾਬਰੀ ਮਾਜਰ ਢਾਕੇ ਮੰਦਿਰ ਬਣਾ ਸਕਦੇ ਨੇ ਤੇ ਮੈਂ ਸਮਝਦਾ ਕਿ ਸਿੱਧੂ ਮਸੇਵਾਲ ਦਾ ਗਾਣਾ ਜਾਂ ਕਵਰ ਗਰੇਵਾਲ ਦਾ ਗਾਣਾ ਇਹ ਬਿਲਕੁਲ ਕੋਈ ਦੇਸ਼ ਵਿਰੋਧੀ ਨਹੀਂ ਨਾ ਦੇਸ਼ ਨੂੰ ਤੋੜਦਾ ਨਾ ਗਾਉਣੇ ਗਾਣ ਦੇ ਨਾਲ ਤੇ ਅੱਗ ਲੱਗਦੀ ਹੈ ਨਾ ਬੰਬ ਫਟਦਾ ਹੈ ਇਸ ਕਰਕੇ ਕਾਲੀ ਦਲ ਨੇ ਤਾਂ ਉਸ ਤੱਕੇ ਦੇ ਖਿਲਾਫ ਜਿਹੜਾ ਹੋਇਆ ਉਹਦੇ ਖਿਲਾਫ ਆਪਣਾ ਪ੍ਰੋਟੈਸਟ ਕੀਤਾ ਕਿ ਇਹ ਮੰਗ ਬਿਲਕੁਲ ਜਾਇਜ਼ ਆ ਨੰਬਰ 2 ਤੇ ਇੱਥੇ ਇੰਦਰਾ ਗਾਂਧੀ ਨੇ ਤਾਂ ਐਲਾਨ ਕਰਕੇ ਅਮਰਜੈਂਸੀ ਲਾਈ ਸੀ ਮੋਦੀ ਦੀ ਆਣਾ ਲਾਨੀ ਅਮਰਜੈਂਸੀ ਹੈ ਦੇਖੋ ਜੇ ਇੱਥੇ ਕੋਈ 2020 ਦੀ ਗੱਲ ਕਰਦਾ ਰਫੰਡਮ ਦੀ ਗੱਲ ਕਰਦਾ ਉਹਨੂੰ ਵੜ ਕੇ ਜੇਲ੍ਹ ਚ ਬੰਦ ਕਰ ਦਿੰਦੇ ਨੇ ਜੂਏ ਪੀ ਲਾ ਦਿੰਦੇ ਨੇ ਜੇ ਇੱਥੇ ਕੋਈ ਆਜ਼ਾਦ ਪੰਜਾਬ ਦੀ ਗੱਲ ਕਰਦਾ ਉਹਦੇ ਤੇ ਲਾ ਦਿੰਦੇ ਨੇ ਤੇ ਜੇ ਇੱਥੇ ਕੋਈ ਮਤਲਬ ਆਪ ਆਪਣਾ ਖਾਲਸਾਤਨ ਦੀ ਗੱਲ ਕਰਦਾ ਉਹਦੇ ਤੇ ਪਾਬੰਦੀ ਲਾ ਦਿੰਦੇ ਨੇ ਤੇ ਜਿਹੜੇ ਬਹੁ ਗਣਤੀ ਵਾਲੇ ਘੱਟ ਗਣਤੀਆਂ ਨੂੰ ਕਹਿੰਦੇ ਨੇ ਹਿੰਦੁਸਤਾਨ ਛੱਡ ਕੇ ਪਾਕਿਸਤਾਨ ਚਲੇ ਜਾਓ ਉਹਨਾਂ ਤੇ ਕੋਈ ਕੇਸ ਨਹੀਂ ਉਹਨਾਂ ਤੇ ਕੋਈ ਪਾਬੰਦੀ ਨਹੀਂ ਤੇ ਮੈਂ ਸਮਝਦਾ ਸ਼ਰੋਮਣੀ ਅਕਾਲੀ ਦਲ ਦਾ ਉਹਨਾਂ ਗੀਤਾਂ ਦੀ ਹਮਾਇਤ ਕਰਨਾ ਮਤਲਬ ਉਹਨਾਂ ਦੇ ਮੌਲਿਕ ਅਧਿਕਾਰਾਂ ਤੇ ਜੋ ਡਾਕਾ ਹੈ ਛਾਪਾਂ ਮਾਰਿਆ ਗਿਆ ਲਿਖਣ ਪੜਨ ਦੀ ਬੋਲੀ ਦੇ ਉੱਤੇ ਪਾਬੰਦੀ ਹੈ ਉਹਦੇ ਵਿਰੋਧ ਵਿੱਚ ਟਰੈਕਟਰ ਮਾਰਚ ਸੀ ਉਦੇ ਵਿਰੋਧ ਵਿੱਚ ਮੈਮੋਰੰਡਮ ਦਿੱਤੇ ਗਏ ਸੀ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਬਿਲਕੁਲ درست ਹੈ ਆਖਰੀ ਸਵਾਲ ਜੀ ਸਿਮਰਨਜੀਤ ਸਿੰਘ ਮਾਨ ਤੋਂ ਆਪਾਂ ਸ ਸ਼ੁਰੂ ਕੀਤਾ ਸੀ ਬਹੁਤ ਸਮੇਂ ਤੋਂ ਚੋਣ ਮੈਦਾਨ ਚ ਉਤਰਦੇ ਸੀ ਪਰ ਕਦੇ ਜਿੱਤ ਨਹੀਂ ਹਾਸਲ ਹੁੰਦੀ ਸੀਗੀ ਇਸ ਵਾਰੀ ਲੋਕਾਂ ਨੇ ਫਾਈਨਲੀ ਜਿਹੜਾ ਫਤਵਾ ਦਿੱਤਾ ਆਪਣਾ ਤੇ ਉਹਨਾਂ ਨੂੰ ਜਿਤਾਇਆ ਸੰਗਰੂਰ ਤੋਂ ਜਿੱਤ ਹਾਸਲ ਕੀਤੀ ਸੀ ਤੇ ਹੁਣ ਜਿਹੜਾ ਇਹ ਬਿਆਨ ਹੈ ਇਹਦੇ ਨਾਲ ਕੀ ਲੱਗਦਾ ਆਪਦਾ ਕਿੰਨਾ ਕੁ ਨੁਕਸਾਨ ਕਰਵਾਉਣਗੇ ਸਿਮਰਨਜੀਤ ਸਿੰਘ ਮਾਨ ਦੇਖੋ ਮੈਂ ਸਮਝਦਾ ਵੀ ਇਹ ਗੱਲ ਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ ਲੋੜ ਤਾਂ ਇਸ ਗੱਲ ਦੀ ਹੈ ਕਿ ਸਿਮਰਨਜੀਤ ਸਿੰਘ ਮਾਨ ਨੂੰ ਇਹੋ ਜਿਹੇ ਬਿਆਨਾਂ ਵਿੱਚ ਪੈਣਾ ਵੀ ਨਹੀਂ ਚਾਹੀਦਾ ਉਹਨਾਂ ਦੇ ਸਾਹਮਣੇ ਵੱਡੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ ਇੱਕ ਤਾਂ ਪਾਰਲੀਮੈਂਟ ਦੇ ਅੰਦਰ ਉਹ ਕਿਰਪਾਨ ਲੈ ਕੇ ਜਾਣਾ ਚਾਹੁੰਦੇ ਨੇ ਜੇ ਕਿਰਪਾਨ ਉਹ ਲੈ ਕੇ ਜਾਣਾ ਚਾਹੁੰਦੇ ਨੇ ਜੇ ਸਰਕਾਰ اجازت ਦਿੰਦੀ ਹੈ ਲੈ ਜਾਣਾ ਜੇ ਸਰਕਾਰ ਨੇ اجازت ਨਾ ਦਿੱਤੀ ਕਿਸੇ ਸਨਮਾਨਯੋਗ ਥਾਂ ਤੇ ਕਿਰਪਾਨ ਰੱਖ ਕੇ ਅੰਦਰ ਜਾਣ ਅੰਦਰ ਫੈਡਰਲਿਜ਼ਮ ਦੀ ਗੱਲ ਕਰਨ ਅੰਦਰ ਜਿਹੜੀ ਧਾਰਾ 370 ਤੋੜੀ ਐ ਉਹਦੇ ਵਿਰੋਧ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਚੰਡੀਗੜ੍ਹ ਦਾ ਪੰਜਾਬ ਦਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਇਹਨਾਂ ਇਸ਼ੂਆਂ ਤੇ ਗੱਲ ਕਰਨ ਬੇਅਦਬੀ ਦੇ ਇਸ਼ੂ ਤੇ ਗੱਲ ਕਰਨ ਤੇ ਨੰਬਰ 2 ਤੇ ਜਿਹੜਾ ਸਿੰਘਾਂ ਦੀ ਰਿਹਾਈ ਕਰਾਉਣ ਦਾ ਮਸਲਾ ਉਹਦੇ ਤੇ ਗੱਲ ਕਰਨ ਪੰਜਾਬ ਤੇ ਪੰਜਾਬੀਅਤ ਉਹਦੇ ਮਸਲੇ ਤੇ ਗੱਲ ਕਰਨ ਪੰਜਾਬ ਵਿਰੋਧੀ ਜਿਹੜੇ ਫੈਸਲੇ ਲਈ ਜਾ ਰਹੇ ਨੇ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਦਿੱਲੀ ਆਪਣੇ ਅੰਦਰ ਜਜਮ ਕਰ ਲੈਣਾ ਚਾਹੁੰਦੀ ਹੈ ਇਹਦੀ ਹੋਂਦ ਖਤਮ ਕਰਨਾ ਚਾਹੁੰਦੀ ਹੈ ਇਹਦੇ ਖਿਲਾਫ ਸਾਰ ਮਨ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅੱਜ ਪੰਜਾਬ ਦੋਹਰੀ ਗੁਲਾਮੀ ਚ ਫਸਿਆ ਹੋਇਆ ਹੈ ਪਹਿਲਾਂ ਤਾਂ ਦਿੱਲੀ ਕੇਜਰੀਵਾਲੋ ਦਿੱਲੀ ਦਾ ਗੁਲਾਮ ਹੈ ਫਿਰ ਪੰਜਾਬ ਦੀ ਸਰਕਾਰ ਕੇਜਰੀਵਾਲ ਦੀ ਗੁਲਾਮ ਹੈ ਇਹ ਕਦੇ ਅੰਗਰੇਜ਼ਾਂ ਦੇ ਵਕਤ ਹੁੰਦਾ ਸੀ ਕਦੇ ਅੰਗਰੇਜ਼ ਜਿਹੜੇ ਅੰਗਰੇਜ਼ਾਂ ਦੇ ਰਾਜੇ ਗੁਲਾਮ ਹੁੰਦੇ ਸੀ ਰਾਜਾਂ ਦੇ ਆਪਾਂ ਗੁਲਾਮ ਹੁੰਦੇ ਸੀ ਆਪਾਂ ਉਦੋਂ ਤੀਰੀ ਗੁਲਾਮੀ ਚ ਸੀ ਇਹ ਵੀ ਥਾਲੀ ਤੀਰੀ ਗੁਲਾਮੀ ਹੈ ਜਿਹਦੇ ਚ ਆਪਾਂ ਫਸੇ ਹੋਏ ਆਂ ਤੇ ਮੈਂ ਸਮਝਦਾ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਬਹੁਤ ਬਹੁਤ ਸ਼ੁਕਰੀਆ ਪੰਜੋਲੀ ਸਾਹਿਬ ਗੱਲਬਾਤ ਕਰਨ ਦੇ ਲਈ ਸੋ ਕਈ ਮੁੱਦਿਆਂ ਤੇ ਚਰਚਾ ਕੀਤੀ ਹੈ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੇ ਨਾਲ ਤੇ ਅਕਾਲੀ ਦਲ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਅਕਾਲੀ ਦਲ ਆ ਜਿਹੜਾ ਉਹਦਾ ਜਨਮ ਹੋਇਆ ਸੀ ਤੇ ਅੱਜ ਅਕਾਲੀ ਦਲ ਕਿਸ ਪੋਜੀਸ਼ਨ ਤੇ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਹਸ਼ਰ ਹੈ ਉਹ ਕਿਉਂ ਹੋਇਆ ਤੇ ਨਾਲ ਨਾਲ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਬਿਆਨ ਹੈ ਉਹ ਪਹਿਲਾਂ ਵੀ ਦਿੱਤਾ ਸੀ ਤੇ ਕਿਸ ਸੰਦਰਭ ਚ ਉਹਨਾਂ ਨੇ ਦਿੱਤਾ ਉਹਦੇ ਬਾਰੇ ਵੀ ਗੱਲ ਬਾਤ ਆ ਜਿਹੜੀ ਉਹ ਕੀਤੀ ਹੈ ਪੰਜੋਲੀ ਸਾਹਿਬ ਨੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ